बापू दे नाल मेरा इश्क, बापू दे नाल मेरा इश्क। लाल बादशाह जी नूं लालू भी कहा जाता सी, ते ओह इत्थे ना सड़कां ते फिरदे हुंदे सी, जदों फिर भैण जाके जांदी है कि बापू बाबा जी तां आए नी, मतलब जो भी उन्हां नूं कहिंदे सी जदों जांदे ने दरबार तों, ते वख वख टुटे होए पए सी शरीर दे अंग। मेरा इश्क बापू दे नाल, ओ मैं ते जोगण हो गई आ। मेरा इश्क बापू दे नाल, ओ मैं ते जोगण हो गई आ। मेरा इश्क बापू दे नाल, ओ मैं ते जोगण हो गई आ। ਹਾਂਜੀ, ਵੈਲਕਮ ਬੈਕ ਔਨ ਅਵਰ ਯੂਟਿਊਬ ਚੈਨਲ ਫਤਿਹ ਬਲੌਗ। ਅਤੇ ਨੈਕਸਟ ਆਪਾਂ ਫਿਰ ਤੋਂ ਆ ਗਏ ਅਤੇ ਅਗਲੀ ਕੜੀ ਜੋੜਨ ਦੇ ਲਈ। ਅਤੇ ਹੁਣ ਆਪਾਂ ਚੱਲੇ ਹਾਂ ਬਾਪੂ ਲਾਲ ਬਾਦਸ਼ਾਹ, ਬਾਪੂ ਲਾਲ ਬਾਦਸ਼ਾਹ ਅਤੇ ਜਿਹਨਾਂ ਨੂੰ ਗਵਰਨਰ ਵੀ ਕਿਹਾ ਜਾਂਦਾ ਹੈ। ਹਾਂ, ਗਵਰਨਰ ਕਿਹਾ ਜਾਂਦਾ ਨਾ ਮਸਤਾਂ ਦਾ। ਅਤੇ ਬਾਕੀ ਆਪਾਂ ਤੁਹਾਨੂੰ ਸਾਰਾ ਇਤਿਹਾਸ ਆ ਜਿਹੜਾ ਉਹ ਉੱਥੇ ਦੱਸਾਂਗੇ। ਅਤੇ ਫਿਲਹਾਲ ਹੀ ਆਪਾਂ ਚੱਲਦੇ ਹਾਂ। ਤਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਦਾ ਬਟਨ ਦਬਾ ਦਿਓ ਅਤੇ ਕਮੈਂਟ ਕਰਕੇ ਦੱਸੋ। ਅਤੇ ਜਿਹਨੂੰ ਜਿੰਨੀ ਕੁ ਨੌਲੇਜ ਹੁੰਦੀ ਹੈ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ, ਹੈ ਨਾ, ਕਿਉਂਕਿ ਕਈ ਵਾਰੀ ਐਵੇਂ ਹੁੰਦਾ ਕੁਛ ਗੱਲਾਂ ਆਪਾਂ ਨੂੰ ਨਹੀਂ ਪਤਾ ਹੁੰਦੀਆਂ ਅਤੇ ਤੁਹਾਨੂੰ ਪਤਾ ਹੁੰਦੀਆਂ ਨੇ, ਅਤੇ ਕੁਛ ਗੱਲਾਂ ਤੁਹਾਨੂੰ ਸਾਨੂੰ ਪਤਾ ਹੁੰਦੀਆਂ ਨੇ ਤੁਹਾਨੂੰ ਨਹੀਂ ਪਤਾ ਹੁੰਦੀਆਂ। ਸੋ ਸ਼ੇਅਰ ਕਰਨ ਨਾਲ ਜਿਹੜੀ ਨੌਲੇਜ ਹੈਗੀ ਉਹ ਵੱਧਦੀ ਹੈਗੀ। ਸੋ ਪਲੀਜ਼ ਕਮੈਂਟ ਦੇ ਵਿੱਚ ਦੱਸਿਆ ਕਰੋ ਨਾ ਜੀ, ਅਤੇ ਮਿਲਦੇ ਜੀ। ਅਤੇ ਹਾਂਜੀ, ਹੁਣ ਆਪਾਂ ਪਹੁੰਚ ਚੁੱਕੇ ਹਾਂਗੇ, ਪਰ ਫਿਲਹਾਲ ਆਪਾਂ ਪਾਰਕਿੰਗ ਦੇ ਵਿੱਚ ਹੀ ਹੈਗੇ। ਅਤੇ ਮੈਨੂੰ ਇਹ ਸੀਗਾ ਕਿ ਥੋੜ੍ਹਾ ਜਿਹਾ ਆਪਾਂ ਇੱਥੇ ਬੋਲੀਏ, ਕਈ ਵਾਰ ਦਰਬਾਰ ਦੇ ਵਿੱਚ ਵੀਡੀਓ ਬਣਾਉਣੀ ਮਨਾ ਹੁੰਦੀ ਹੈਗੀ, ਅਤੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਹੈ ਜਿਹੜੀ ਉਹ ਅਮਨ ਤੋਂ ਲਵਾਂਗੇ, ਕਿਉਂਕਿ ਇਹਦੇ ਬਾਰੇ ਕੁਛ ਜਿਹੜਾ ਪੜ੍ਹਿਆ ਸੀਗਾ ਉਹ ਅਮਨ ਨੇ ਪੜ੍ਹਿਆ ਸੀਗਾ। ਸੋ ਮੇਰਾ ਵੀਡੀਓ ਦੇਖਣ ਦਾ ਜਿੰਮਾ ਸੀ ਉਹ ਮੈਂ ਦੇਖੀਆਂ ਸੀਗੀਆਂ, ਪਰ ਪੜ੍ਹਿਆ ਅਮਨ ਸੀ ਉਹਦੇ ਬਾਰੇ ਉਹ ਤੁਹਾਨੂੰ ਦੱਸਣਗੇ ਕਿ ਕਿੱਦਾਂ ਕਿੱਦਾਂ ਨਾ ਜੋ ਵੀ ਸੀਗਾ ਅਤੇ ਕਿੱਦਾਂ ਇਹ ਕੜੀ ਜੁੜੀ। ਮੈਨੂੰ ਤਾਂ ਸ਼ੁਰੂ ਤੋਂ ਸ਼ੌਂਕ ਰਿਹਾ ਸੂਫੀ ਪੜ੍ਹਨਾ, ਅਤੇ ਇਹਦੇ ਬਾਰੇ ਇਹੀ ਹੈ ਕਿ ਬਾਪੂ ਜੀ ਨੇ ਅਲਮਸਤ ਲਾਲ ਬਾਪੂ ਲਾਲ ਬਾਦਸ਼ਾਹ ਜੀ ਕਿਹਾ ਜਾਂਦਾ ਸੀ, ਇਹਨਾਂ ਨੂੰ ਲਾਲੂ ਵੀ ਕਿਹਾ ਜਾਂਦਾ ਸੀ। ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਨਾਮ ਹੁੰਦਾ ਸੀ ਉਹ ਲਾਲੂ ਹੁੰਦਾ ਸੀ। ਇਹ ਐਸੇ ਇਹਨਾਂ ਨੂੰ ਲਾਤੂਨੀ ਦਾ ਦਰਜਾ ਦਿੱਤਾ ਗਿਆ। ਲਾਤੂਨੀ ਇੱਕ ਅਰੇਬੀ ਦਾ ਵਰਡ ਆ ਜਿੱਥੇ ਜਾ ਕੇ ਭਗਤੀ ਖਤਮ ਹੁੰਦੀ ਹੈ, ਕਹਿ ਨਹੀਂ ਦਿੰਦੇ ਕਿ ਐਟ ਦੀ ਐਂਡ ਸਿਖਰ ਹੁੰਦਾ ਨਾ ਜਿਹੜਾ ਭਗਤੀ ਦਾ, ਉਸ ਸਿਖਰ 'ਤੇ ਪਹੁੰਚੇ ਸੀ। ਲਾਤੂਨੀ ਕਿਹਾ ਜਾਂਦਾ ਇਸ ਕਰਕੇ ਇਹਨਾਂ ਨੂੰ। ਅਤੇ ਬਾਪੂ ਲਾਲ ਬਾਦਸ਼ਾਹ ਜੀ ਨੂੰ ਲਾਲੂ ਵੀ ਕਿਹਾ ਜਾਂਦਾ ਸੀ, ਅਤੇ ਉਹ ਇੱਥੇ ਨਾ ਸੜਕਾਂ 'ਤੇ ਫਿਰਦੇ ਹੁੰਦੇ ਸੀ ਜਦੋਂ ਫਿਰਦੇ ਹੁੰਦੇ ਸੀ ਕਹਿੰਦੇ, ਅਤੇ ਲੋਕਾਂ ਨੇ ਫਕੀਰ ਹੁੰਦੇ ਸੀ ਅਤੇ ਲੋਕ ਬਹੁਤ ਲੋਕ ਉਹਨਾਂ ਨੂੰ ਮੰਨਦੇ ਸੀ ਲੋਕ। ਅਤੇ ਇੱਥੇ ਇਹਨਾਂ ਦਾ ਦਰਬਾਰ ਹੈ, ਇੱਥੇ ਹੁਣ ਹੰਸ ਰਾਜ ਜੀ ਬੈਠੇ ਨੇ, ਅਤੇ ਇੱਥੇ ਮੇਲਾ ਵੀ ਆ ਰਿਹਾ ਜੁਲਾਈ 'ਚ। ਅਤੇ ਇਹਨਾਂ ਦੇ ਉੱਧਰ ਗੁਰਦਾਸ ਮਾਨ ਸਾਹਿਬ ਅਤੇ ਇੱਥੇ ਹੰਸ ਰਾਜ ਜੀ ਗੱਦੀ ਨਸ਼ੀਲ ਨੇ। ਅਤੇ ਕਹਿੰਦੇ ਇਹਨਾਂ ਦੇ ਨਾਲ ਨਾ ਲਵਲੀ ਸਾਈਂ ਜੀ ਹੁੰਦੇ ਸੀ, ਲਵਲੀ ਸਾਈਂ ਜੀ। ਅਤੇ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਦਾ ਕਿ ਜਦੋਂ ਬਾਬਾ ਮੁਰਾਦ ਸ਼ਾਹ ਜੀ ਦੇ ਕਬਾਲੀਆਂ ਹੁੰਦੇ ਸੀ ਤਾਂ ਬਾਪੂ ਜੀ ਉੱਧਰ ਚਲੇ ਜਾਇਆ ਕਰਦੇ ਸੀ ਕਬਾਲੀਆਂ ਸੁਣਨ ਉਹਨਾਂ ਕੋਲ, ਅਤੇ ਉਹ ਕਾਫੀ ਸਨਮਾਨ ਅਤੇ ਇੱਜ਼ਤ ਪਿਆਰ ਕਰਦੇ ਸੀ ਲਾਡੀ ਸ਼ਾਹ ਜੀ ਬਾਪੂ ਲਾਲ ਬਾਦਸ਼ਾਹ ਜੀ ਨੂੰ। ਅਤੇ ਬਾਪੂ ਜੀ ਦਾ ਜ਼ਿਆਦਾ ਪਿਆਰ ਸ਼ਿਵ ਗਿਰ ਮਹਾਰਾਜ ਹੋਏ ਨੇ ਇੱਕ, ਜੋ ਕਿ ਸ਼ਿਵਜੀ ਨੂੰ ਪੂਜਦੇ ਹੁੰਦੇ ਸੀ, ਸ਼ਿਵਜੀ ਦੀ ਪੂਜਾ ਕਰਦੇ ਹੁੰਦੇ ਸੀ। ਉਹ ਬੈਂਕ 'ਤੇ ਸਰਕਾਰੀ ਨੌਕਰੀ ਕਰਦੇ ਹੁੰਦੇ ਸੀ, ਪਰ ਉਹਨਾਂ ਨੇ ਕਹਿੰਦੇ ਜਦੋਂ ਕਹਿੰਦੇ ਹੁੰਦੇ ਜਿਵੇਂ ਬਾਬਾ ਮੁਰਾਦ ਸ਼ਾਹ ਜੀ ਬਿਜਲੀ ਬੋਰਡ 'ਚ ਸੀ ਉਹ ਬੈਂਕ 'ਚ ਸੀ, ਕਹਿੰਦੇ ਜਦੋਂ ਫਕੀਰੀ ਘਰ ਕਰ ਗਈ ਹੈ ਨਾ, ਫਿਰ ਉਹਨਾਂ ਨੇ ਵੀ ਆਪਣੀ ਸਰਕਾਰੀ ਜੋਬ ਛੱਡਤੀ ਸੀ ਅਤੇ ਉਹ ਫਕੀਰ ਬਣ ਗਏ ਸੀ। ਉਹਨਾਂ ਦਾ ਡੇਰਾ ਉੱਧਰ ਹੈ, ਅਤੇ ਬਾਪੂ ਜੀ ਉਹਨਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ, ਜਦੋਂ ਵੀ ਦਿਲ ਕਰਨਾ ਤਾਂ ਇਹਨਾਂ ਨੇ ਉਹਨਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ। ਅਤੇ ਬਾਪੂ ਜੀ ਨੇ ਜਿਹੜੇ ਰਿਕਸ਼ੇ 'ਤੇ ਘੁਮਾਉਂਦੇ ਹੁੰਦੇ ਸੀ ਉਹਨਾਂ ਦਾ ਦਰਬਾਰ ਵੀ ਅੰਦਰ ਬਣਿਆ ਹੋਇਆ, ਸਾਈਂ ਲਵਲੀ ਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ। ਅਤੇ ਇੱਥੇ ਇਹ ਵੀ ਇੱਕ ਦਰਬਾਰ ਹੈ, ਅਤੇ ਇੱਕ ਬਾਪੂ ਲਾਲ ਕੋਠੀ ਦੇ ਨਾਲ ਨਾਮ ਵੀ ਮਸ਼ਹੂਰ ਆ ਦਰਬਾਰ, ਜੋ ਕਿ ਬਾਜ਼ਾਰ ਦੇ ਅੰਦਰ। ਅਤੇ ਜਿਹੜੇ ਲਵਲੀ ਸਾਈਂ ਜੀ ਹੋਏ ਨੇ ਨਾ, ਉਹ ਆਪਣੇ ਉਸ ਗੁਰੂ ਜੀ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਕਿ ਕੋਈ ਮੈਨੂੰ ਐਸਾ ਫਕੀਰ ਦੱਸੋ ਜਿਹਦੀ ਮੈਂ ਸੇਵਾ ਕਰਾਂ ਅਤੇ ਪਾਰ ਉਤਾਰਾ ਕਰਾਂ। ਉਹਨਾਂ ਲਵਲੀ ਸ਼ਾਹ ਜੀ ਜਿਹੜੇ ਪੀਰ ਹੋਏ ਨੇ, ਫਕੀਰ ਹੋਏ ਨੇ, ਉਹ ਨਿਰੰਜਨ ਸ਼ਾਹ ਜੀ ਹੋਏ ਨੇ, ਬਾਬਾ ਨੰਜੂ ਜੀ। ਜਿਹੜੇ ਬਾਬਾ ਨੰਜੂ ਸੀ ਉਹ ਪੂਰਨ ਸ਼ਾਹ ਕੋਟੀ ਨੇ, ਜਿਹੜੇ ਆਪਣੇ ਮਾਸਟਰ ਸਲੀਮ ਜੀ ਦੇ ਦਾਦਾ ਜੀ ਅਤੇ ਪੂਰਨ ਸ਼ਾਹ ਕੋਟੀ ਜੀ ਦੇ ਬਾਪੂ ਜੀ ਹੋਏ ਨੇ, ਮਤਲਬ ਫਾਦਰ ਸਾਹਿਬ ਨੇ ਨਿਰੰਜਨ ਸ਼ਾਹ ਜੀ, ਉਹ ਵੀ ਆਪਣਾ ਪਤਾ ਹੀ ਘਰਾਣਾ ਦਰ ਘਰਾਣਾ ਚੱਲਦਾ ਆ ਰਿਹਾ। ਅਤੇ ਇੱਕ ਦਿਨ ਉਹਨਾਂ ਨੇ ਕਿਹਾ ਕਿ ਤੂੰ ਮੁਰਾਦ ਸ਼ਾਹ ਉੱਤੇ ਨਕੋਦਰ ਜਾ, ਉੱਥੇ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਨੇ, ਤੂੰ ਉਹਨਾਂ ਦੀ ਜਾ ਕੇ ਸੇਵਾ ਕਰ। ਅਤੇ ਚਲੋ ਉੱਥੇ ਜਾਂਦੇ ਨੇ, ਬਾਪੂ ਜੀ ਕੋਲ ਮਿਲਦੇ ਨੇ, ਅਤੇ ਉਹ ਰਿਕਸ਼ੇ ਤਾਂ ਘੁਮਾਉਂਦੇ ਹੁੰਦੇ ਸੀ। ਕਹਿੰਦੇ ਇੱਕ ਵਾਰ ਜੇ ਗੱਲ ਹੈ, ਬਾਪੂ ਲਾਲ ਬਾਦਸ਼ਾਹ ਜੀ ਦੀ ਭੈਣ ਉਹਨਾਂ ਨੂੰ ਦਰਬਾਰ 'ਤੇ ਲੈਣ ਆ ਗਈ, ਕਹਿੰਦੇ ਤੂੰ ਚੱਲ ਘਰ ਨੂੰ
ਜਿਵੇਂ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਕਿ ਉਹ ਕਹਿੰਦੇ ਨੇ ਬਾਕੀ ਬਾਬਾ ਮੁਰਾਦ ਸ਼ਾਹ ਜੀ, ਲਾਡੀ ਸ਼ਾਹ ਜੀ, ਜਿਵੇਂ ਉਹਨਾਂ ਦੇ ਘਰਦਿਆਂ ਨੇ ਵੀ ਮਨਾ ਕੀਤਾ ਸੀ, ਅਤੇ ਜਿਵੇਂ ਉਵੇਂ ਹੀ ਉਹਨਾਂ ਦੀ ਭੈਣ ਉਹਨਾਂ ਨੂੰ ਲੈਣ ਆਉਂਦੇ ਨੇ ਕਿ ਤੁਸੀਂ ਘਰ ਚੱਲੋ, ਤੁਸੀਂ ਕਿਹੜੇ ਗੱਲ ਰਾਹੇ ਪੈ ਗਏ, ਤਾਂ ਉਹ ਕਹਿੰਦੇ ਤੂੰ ਚੱਲ ਮਾਂ ਆਇਆ। ਚਲੋ ਭੈਣ ਇਹ ਗੱਲ ਸੁਣ ਕੇ ਚਲੇ ਜਾਂਦੀ ਆ, ਅਤੇ ਜਦੋਂ ਬਾਬਾ ਜੀ ਆਉਂਦੇ ਹੀ ਨਹੀਂ, ਕਈ ਟਾਈਮ ਬੀਤ ਜਾਂਦਾ ਤਾਂ ਭੈਣ ਜਾ ਕੇ ਜਾਂਦੀ ਆ ਕਿ ਬਾਪੂ ਬਾਬਾ ਜੀ ਤਾਂ ਆਏ ਨਹੀਂ, ਮਤਲਬ ਜੋ ਵੀ ਉਹਨਾਂ ਨੂੰ ਕਹਿੰਦੇ ਸੀ। ਜਦੋਂ ਜਾਂਦੇ ਨੇ ਦਰਬਾਰ ਸਾਹਿਬ ਦੇ ਵੱਖ ਵੱਖ ਟੁੱਟੇ ਹੋਏ ਪਏ ਸੀ ਸਰੀਰ ਦੇ ਅੰਗ, ਕਹਿੰਦੇ ਮਸਤਾਂ ਦੇ ਅੰਗ। ਜਿਵੇਂ ਵੀਡੀਓ ਅਸੀਂ ਪਹਿਲਾਂ ਵੀ ਇੱਕ ਸ਼ੇਅਰ ਪਾਈ ਸੀ ਬਾਬਾ ਮਸਤ ਰਾਮ, ਉਹ ਵੀ ਇਸੇ ਤਰ੍ਹਾਂ ਸੀ, ਵੱਖ ਵੱਖ ਹੋ ਜਾਂਦੇ ਸੀ ਜਦੋਂ ਲੋਕ ਕਈ ਵਾਰ ਉਹਨਾਂ ਨੂੰ, ਮਤਲਬ ਉਹਨਾਂ ਦੀਆਂ ਕਹਾਣੀਆਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅਤੇ ਬਾਕੀਆਂ ਕਰਾਂਗੇ, ਵਲੌਗ ਪਏ ਹੋਏ ਨੇ ਪਿੱਛੇ, ਵਲੌਗ ਪਏ ਹੋਏ ਨੇ, ਅਤੇ ਉਹਨਾਂ ਦੀ ਇੱਕ ਸਪੈਸ਼ਲ ਵੀ ਆਏਗਾ। ਅਤੇ ਉਹ ਕਹਿੰਦੇ ਟੁੱਟੇ ਹੋਏ ਪਏ ਹੋਏ, ਮਤਲਬ ਅੰਗ ਕਿਤੇ ਕਿਤੇ ਪਏ ਹੋਏ, ਅਤੇ ਇਹ ਦੇਖ ਕੇ ਉਹਦੀ ਭੈਣ ਡਰ ਗਈ। ਉਹ ਭੈਣ ਉਹਨਾਂ ਨੇ ਆਲਾ ਦੁਆਲਾ ਇਕੱਠਾ ਕੀਤਾ ਕਿ ਉੱਥੇ ਤਾਂ ਇਹ ਕੁਛ ਹੋਇਆ ਕਿ ਉੱਥੇ ਲਾਲ ਬਾਦਸ਼ਾਹ ਜੀ ਐਵੇਂ ਉਹ ਪਏ ਨੇ। ਤਾਂ ਜਦੋਂ ਆ ਕੇ ਉਹ ਦੇਖਦੇ ਨੇ ਇਕੱਠੇ ਹੋ ਕੇ, ਤਾਂ ਬਾਬਾ ਜੀ ਜਿਹੜੇ ਹੁੰਦੇ ਨੇ ਬਾਪੂ ਜੀ, ਉਹ ਭਗਤੀ ਕਰ ਰਹੇ ਹੁੰਦੇ ਨੇ ਉਸੇ ਤਰ੍ਹਾਂ ਬਹਿ ਕੇ, ਤਾਂ ਇਹ ਦੇਖ ਕੇ ਸਾਰੀ ਸੰਗਤ ਹੈਰਾਨ ਹੁੰਦੀ ਹੈ। ਅਤੇ ਤਾਂ ਕਰਕੇ ਉਹਨਾਂ ਨੂੰ ਵੀਡੀਓ ਮੈਂ ਦੇਖੀ, ਤਾਂ ਉਹਨਾਂ ਨੇ ਗਵਰਨਰ ਵੀ ਕਿਹਾ ਗਿਆ ਫਕੀਰਾਂ ਦਾ, ਇੱਥੇ ਜੋ ਹੋਏ ਨੇ ਨਾ ਗਵਰਨਰ ਕਿਹਾ ਗਿਆ, ਅਤੇ ਇਸੇ ਤਰ੍ਹਾਂ ਦੀ ਮਹਾਨ ਸ਼ਖਸੀਅਤ ਸੀ। ਫਿਰ ਉਹੀ ਗੱਲ ਕਿ ਫਕੀਰੀ ਕਰਨੀ ਬੜੀ ਔਖੀ ਆ, ਕਹਿਣੇ ਸੌਖੀ ਆ। ਆਪਾਂ ਚਲੋ ਚੱਲਦਾ, ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਅਤੇ ਫਿਰ ਕਰਦੇ ਹਾਂ ਨਿਹਾਲ ਆਪਾਂ, ਚਲੋ ਚੱਲੇ ਜੀ। ਹਾਂਜੀ, ਅਤੇ ਆਪਾਂ ਹੁਣ ਪਹੁੰਚ ਚੁੱਕੇ ਹਾਂਗੇ ਦਰਬਾਰ, ਅਤੇ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਤੋਂ ਹੀ ਦਿਖ ਰਿਹਾ ਹੈਗਾ, ਬਿਲਕੁਲ ਵਾਈਟ ਕਲਰ ਦਾ ਇਹ ਜਿਹੜਾ ਦਰਬਾਰ ਹੈਗਾ। ਮਤਲਬ ਜਿਵੇਂ ਆਪਾਂ ਬਾਬਾ ਜੀ ਦੇ ਗਏ ਸੀ ਉੱਧਰ ਲਾਡੀ ਸਾਈਂ ਜੀ ਦੇ, ਤਾਂ ਉੱਧਰ ਸਾਰਾ ਕਲਰਫੁੱਲ ਹੈਗਾ, ਬਟ ਇੱਧਰ ਸਾਰਾ ਵਾਈਟ ਹੈਗਾ। ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਨਾ ਤਾਜ ਮਹਿਲ ਹੁੰਦਾ, ਉਸ ਤਰ੍ਹਾਂ ਦੀ ਦਿੱਖ ਦੇਖਣ ਨੂੰ ਲੱਗਦੀ ਹੈਗੀ। ਅਤੇ ਇੱਧਰੋਂ ਆਪਾਂ ਜੋੜੇ ਘਰ ਜਿਹੜੇ ਮਤਲਬ ਹੁੰਦੇ ਨੇ ਕਿ ਜੋੜੇ ਉਤਾਰਨ ਦੇ ਲਈ, ਉੱਥੇ ਆਪਾਂ ਰੁਕੇ ਸੀ ਥੋੜ੍ਹਾ ਟਾਈਮ, ਅਤੇ ਹੁਣ ਆਪਾਂ ਅੱਗੇ ਚੱਲਾਂਗੇ ਫਿਰ, ਅਤੇ ਅੱਗੇ ਦਾ ਤੁਹਾਨੂੰ ਦਿਖਾਉਂਦੇ ਹਾਂਗੇ, ਠੀਕ ਹੈ ਜੀ। ਬਾਕੀ ਇਹ ਹੈ ਕਿ ਜੁਲਾਈ ਮੰਥ ਦੇ ਵਿੱਚ ਭੰਡਾਰਾ ਹੋਣਾ ਗਾ, ਆਈ ਥਿੰਕ 16, 17, 18 ਦਾ ਗਾ, ਅਤੇ ਤੁਸੀਂ ਉੱਥੇ ਪਹੁੰਚ ਸਕਦੇ ਹੋ ਹੈ ਨਾ, ਹੁਮ ਹੁਮ ਆ ਕੇ। ਬਾਕੀ ਇੱਥੇ ਨਾ ਮਤਲਬ ਪਹਿਲਾਂ ਤਾਂ ਬਾਪੂ ਲਾਲ ਬਾਦਸ਼ਾਹ ਜੀ ਹੁੰਦੇ ਸੀਗੇ, ਅਤੇ ਹੁਣ ਇੱਥੇ ਗੱਦੀ ਨਿਸ਼ੀਨ ਇਸ ਟਾਈਮ ਹੰਸਰਾਜ ਜੀ ਨੇਗੇ, ਜਿਸ ਤਰ੍ਹਾਂ ਉੱਧਰ ਗੁਰਦਾਸ ਮਾਨ ਨੇ ਅਤੇ ਇੱਧਰ ਹੰਸਰਾਜ ਨੇਗੇ। ਅਤੇ ਮਤਲਬ ਘੁੰਮ ਘੁੰਮਾ ਕੇ ਸਾਰੀ ਗੱਲ ਬਹੁਤ ਹੀ, ਮਤਲਬ ਜਿੰਨੇ ਵੀ ਆਪਾਂ ਕਹਿ ਦਈਏ ਦਰਬਾਰ, ਬਹੁਤ ਵਧੀਆ ਬਣਿਆ ਹੋਇਆ ਹੈਗਾ, ਠੀਕ ਹੈ ਜੀ। ਬਹੁਤ ਹੀ ਖੂਬਸੂਰਤ ਬਣਿਆ ਹੋਇਆ, ਕਾਫੀ ਜ਼ਿਆਦਾ ਉੱਚਾ ਬਣਿਆ ਹੋਇਆ ਹੈਗਾ, ਹੈ ਨਾ। ਅਤੇ ਇੱਕ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਦਰਬਾਰ ਬੇਸ਼ੱਕ ਬਹੁਤ ਵੱਡਾ ਗਾ, ਹੈ ਨਾ, ਬਹੁਤ ਲੋਕ ਉਹਨਾਂ ਨੂੰ ਪੂਜਦੇ ਰਹੇ ਨੇਗੇ, ਪਰ ਉਹਨਾਂ ਦੀ ਇੰਨੀ ਸਾਦਗੀ ਸੀ ਕਿ ਤੁਸੀਂ ਯਕੀਨ ਮੰਨੋ ਕਿ ਮੈਂ ਇਸ ਚੀਜ਼ 'ਤੇ ਸਰਪ੍ਰਾਈਜ਼ ਸੀ ਕਿ ਉਹ ਪੂਰੀ ਉਮਰ ਤੱਕ ਉਹ ਇੱਕ ਰਿਕਸ਼ੇ 'ਤੇ ਹੀ ਘੁੰਮਦੇ ਰਹੇ, ਮਤਲਬ ਰਿਕਸ਼ੇ ਦੀ ਹੀ ਸਵਾਰੀ ਕੀਤੀ ਹੈਗੀ, ਉਹਨਾਂ ਨੇ ਕਿਸੇ ਗੱਡੀ ਦੀ ਸਵਾਰੀ ਨਹੀਂ ਕੀਤੀ ਹੈਗੀ। ਜਿੰਨਾ ਬਾਜ਼ਾਰ ਘੁੰਮਦੇ ਸੀ ਉਹ ਰਿਕਸ਼ੇ ਦੇ ਵਿੱਚ ਹੀ ਘੁੰਮਦੇ ਹੁੰਦੇ ਸੀਗੇ। ਅਤੇ ਅੰਦਰ ਜਦੋਂ ਤੁਸੀਂ ਪਹੁੰਚੋਗੇ ਅੰਦਰ ਦੇਖਣ ਦੀ, ਤੁਹਾਨੂੰ ਇਹ ਲੱਗੂਗਾ ਕਿ ਇੰਨਾ ਵੱਡਾ ਮੁਕਾਮ ਹਾਸਲ ਕਰਨ ਵਾਲੇ ਬਾਪੂ ਲਾਲ ਬਾਦਸ਼ਾਹ ਰਿਕਸ਼ੇ ਦੇ ਸਵਾਰ ਸੀਗੇ, ਠੀਕ ਹੈ ਜੀ। ਅਤੇ ਹਜੇ ਤਾਂ ਮਤਲਬ ਕਿ ਅੱਧਾ ਬਣ ਚੁੱਕਿਆ ਦਰਬਾਰ, ਪਰ ਅੱਧਾ ਹਜੇ ਮੁਕੰਮਲ ਨਹੀਂ ਹੋਇਆ ਹੈਗਾ, ਫਿਲਹਾਲ ਲਈ ਹਜੇ ਉਸਾਰੀ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ। ਅਤੇ ਮੈਂ ਇੱਥੇ ਫਸਟ ਟਾਈਮ ਆ ਰਹੀ ਹੈਗੀ, ਅਤੇ ਕਿਹੜੇ ਕਿਹੜੇ ਪਹਿਲਾਂ ਆ ਚੁੱਕੇ ਨੇਗੇ ਉਹ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਅਤੇ ਜਿਹੜੇ ਅਜੇ ਤੱਕ ਨਹੀਂ ਗਏ ਹੈਗੇ ਜ਼ਰੂਰ ਦਰਸ਼ਨ ਕਰਕੇ ਆਇਓ, ਹੈ ਨਾ। ਔਰ ਇਹਦੀ ਸਭ ਤੋਂ ਮੇਨ ਗੱਲ ਮੈਨੂੰ ਇਹ ਲੱਗੀ ਹੈਗੀ ਕਿ ਜਿੰਨੀ ਖੂਬਸੂਰਤ ਹੈਗੀ ਆ, ਉਨੀ ਹੀ ਇਹਦੀ ਜਿਹੜੀ ਮਰਿਆਦਾ ਹੈਗੀ ਉਹ ਖੂਬਸੂਰਤ ਹੈਗੀ, ਕਿਉਂਕਿ ਇਹਨਾਂ ਨੂੰ ਟੱਚ ਨਾ ਕੀਤਾ ਜਾ ਸਕੇ, ਤਾਂ ਇਸ ਕਰਕੇ ਇਹਦੇ ਸਾਰੇ ਚਾਰ ਦੀਵਾਰੀ ਕੀਤੀ ਹੋਈ ਹੈਗੀ, ਅਤੇ ਤਾਂ ਕਿ ਜਿਹੜੇ ਸਿਰਫ ਇਸ਼ਨਾਨ ਕਰਾਉਂਦੇ ਨੇਗੇ ਬਾਬਾ ਜੀ, ਸਿਰਫ ਉਹ ਅੰਦਰ ਤੱਕ ਜਾ ਸਕਣ। ਅਤੇ ਕਾਫੀ ਉੱਚਾਈ 'ਤੇ ਇਹਨਾਂ ਦੀ ਜਿਹੜੀ ਬਣਾਈ ਗਈ ਹੈਗੀ, ਹੈ ਨਾ। ਅਤੇ ਇਸ ਤੋਂ ਅੱਗੇ ਆਪਾਂ ਜਾ ਕੇ ਅੰਦਰ ਦਰਸ਼ਨ ਕਰਾਂਗੇ, ਪਹਿਲਾਂ ਮੈਂ ਤੁਹਾਨੂੰ ਇੱਥੋਂ ਦਰਸ਼ਨ ਕਰਵਾ ਦਾਂ ਬਾਪੂ ਜੀ ਦੇ, ਅਤੇ ਤੁਸੀਂ ਇੱਧਰੋਂ ਹੁਣ ਇਹਨਾਂ ਦੇ ਦਰਸ਼ਨ ਕਰ ਲਏ ਨੇਗੇ। ਅਤੇ ਆਲੇ ਦੁਆਲੇ ਹਾਰਡਲੀ ਲਿਖਿਆ ਹੋਇਆ ਹੈਗਾ ਕਿ ਉੱਪਰ ਚੜ੍ਹਨਾ ਸਖ਼ਤ ਮਨਾ, ਠੀਕ ਹੈ ਜੀ। ਅਤੇ ਇਸ ਤੋਂ ਜਦੋਂ ਆਪਾਂ ਉਪਰੰਤ ਹੀ ਖੱਬੇ ਵੱਲ ਨੂੰ ਮੁੜਾਂਗੇ ਅੰਦਰ ਜਾਂਦੇ ਸਾਰੀ, ਅਤੇ ਇੱਧਰ 11ਵੀਂ ਵਾਲੀ ਸਰਕਾਰ ਦੀ ਦਰਗਾਹ ਬਣੀ ਹੋਈ ਹੈਗੀ, ਅਤੇ ਇਸ ਤੋਂ ਅੱਗੇ ਜਾ ਕੇ ਲਵਲੀ ਸਾਈਂ ਜੀ ਦੀ ਬਣੀ ਹੋਈ ਹੈਗੀ। ਉਹ ਤੁਹਾਨੂੰ ਮਤਲਬ ਕਿ ਅੰਮੂ ਨੇ ਦੱਸ ਹੀ ਦਿੱਤਾ ਹੈਗਾ, ਹੈ ਨਾ, ਕਿ ਕੌਣ ਸੀਗੇ, ਮੈਨੂੰ ਜ਼ਿਆਦਾ ਮੇਰੇ ਖਿਆਲ 'ਚ ਦੱਸਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਜਦੋਂ ਵੀ ਕੋਈ ਦਰਬਾਰ ਦੇ ਵਿੱਚ ਤੁਸੀਂ ਦੇਖੋਗੇ ਦਰਗਾਹ ਬਣਦੀ ਹੈ ਨਾ, ਤਾਂ ਉਹਨਾਂ ਦੇ ਜਿਹੜੇ ਨੇੜੇ ਤੇੜੇ ਪਿਆਰੇ ਹੁੰਦੇ ਨੇਗੇ, ਹੈ ਨਾ, ਲਾਡਲੇ ਹੁੰਦੇ ਨੇ, ਉਹਨਾਂ ਦੀ ਦਰਗਾਹ ਜ਼ਰੂਰ ਹੁੰਦੀ ਹੈ ਬਣੀ ਹੋਈ। ਸੋ ਇੱਥੇ ਸਾਈਂ ਲਵਲੀ ਸਾਈਂ ਜੀ ਦੀ ਬਣੀ ਹੋਈ ਹੈਗੀ, ਅਤੇ ਬਾਕਾਇਦਾ ਉਹਨਾਂ ਨੂੰ ਵੀ ਉਨੀ ਹੀ ਤਰਜੀਹ ਦਿੱਤੀ ਜਾਂਦੀ ਹੈਗੀ। ਅਤੇ ਇੱਥੇ ਸਾਰੇ ਨਸਮਸਤਕ ਹੋ ਕੇ ਜਾਂਦੇ ਨੇਗੇ, ਅਤੇ ਫਿਰ ਆਪਾਂ ਚੱਲਾਂਗੇ ਅੱਗੇ, ਠੀਕ ਹੈ ਜੀ। ਔਰ ਇਸ ਤੋਂ ਅੱਗੇ ਜਾ ਕੇ
जिस तरह उधर ब बेसन की बर्फी का प्रसाद चढ़ता गा ना लाडी साईं जी के, इस तरीके इधर भी बेसन की बर्फी का ही प्रसाद चढ़ता गा। तो मतलब पहली सब तो मेन गल आ गई ना, ये इतने जलंधर के दरगाह ज़्यादा ने गियाँ, तुसी अगर आओगे तो इधर गुरुद्वारा साहब घट बने हुए ने, दरगाह ज़्यादा बनिया हुई ने गियाँ है ना। वैसे बने तो हुए ने गुरुद्वारा साहब पर बहुत घट ने गे, तो दरगाह ज़्यादा बनिया हुई ने गियाँ, ठीक है जी। और ये भी नहीं है कि कोई मतलब इदा सादियाँ बनाई ने, बहुत ही ज़्यादा मतलब देखने लायक बनाई गई ने, कि देख के संगत निहाल होंदिया ने, बहुत ही ज़्यादा सोहनिया बनाई गई ने गियाँ। तो इस तो अगे जो आप बाहर निकल देंगे तो इधरली साइड सारा ही लंगर हाल जड़ा कि हजे भी यदि उसारी चल रही है कि बन रहा है। तो इस तो अगे हूँ मैं थोड़ा अंदर का गेड़ा कढ़ाऊँगी, वैसे असी लंगर हाल जाना नहीं सी है, पर मैं सिर्फ थोड़े लिए स्पैशली अंदर चलिया कि लंगर हाल वालू। तो हूँ आप चलते हैं लंगर हाल वाल, मैं थोड़ा सारा अंदर का दिखाई है। तो हो सकता इतने किसी टाइम पंडाल सजदा होगा, मैं ये नहीं पता है, मतलब उस टाइम जो मैं गई से उतो चाह बरताई जा रही थी, उत्तर लंगर हाल की तरह ही बनाया गया। दूसरी साइड है सामने ओपोजिट साइड पार्किंग बनी हुई हैगी, और इतने चाह बरता रहे उस टाइम। बाकी मैं पता नहीं है, हो सकता इतने कवालियाँ वगैरह होंदिया हो जिस टाइम मतलब मेला वगैरह लगता होगा, है ना जी। क्योंकि सामने एक स्टेज भी बनाई गई है बाकायदा कि कोई सिंगर गावे, है ना, कवालियाँ होन। तो इतने शुरू तो ही मतलब तुम देख रहे हो कि हंसराज जी इस टाइम गद्दी नशीन ने गे, तो वह काफ़ी टाइम तो इतें ही ने गे। और देखो सामने लिखा हुआ 18, 19 ते 20 जुलाई का, है ना, इतने भंडारा गा, मैं थोनू सॉरी गलत हो कर गई, मेला का मतलब इतने 18, 19 ते 20 का अगर तुम आना होगा, ठीक है जी। तो इस करके मैं कहनी हूँ, कई बार मेरे तो कुछ गलत बोलिया जाता हूँ, जी सॉरी फील करते हैं। तो इस करके ही है कि यह भी गल कही होंगी कि सारी वीडियो है ना एंड तक जरूर देखा करो, तो ताकि कई बार अगर मैं बाई चांस अगे कुछ मिसटेक ना बोल भी जावा, तो आप पिछे मैं जरूर एक बार बैकअप दे दिनी हूँ, है ना, कई बार गलती बिना बोलिया जाता हूँ गा। तो इस अगे आप चलेंगे जिते बापू जी का सारा समान उन्होंने नाल रिलेटड जिन्हें भी उन्होंने झूले से जड़े रिक्शे के उपर वो सवार होंगे से, वह सारा उत्थे हैगा, ठीक है जी। अगे चलते हैं आ चुके हैं इधर, जिधर कि मैं तुम्हें दस्या है कि बापू जी का जोड़ा आराम घर है वह बनाया गया है ना। तो मतलब उत्थे पहला जिस टाइम वो इतने रेंदे होंगे से उत्थे आराम फरमाया करते सी, तो उन्होंने जोड़े गुरु से वो सारे मतलब जिन्ना जो भी सीगा वो सारा कुछ इतने सुशोभित किया गया, एक तरह रख्या गया है ना, बहुत ही श्रद्धापूर्वक। तो तुम देख रहे हो कि सामने उन्होंने जोड़िया लाइफ के एक्सपीरियंस दिन्नी भी पिक्चर्स ने गियाँ वो रखी गई ने फोटो, ठीक है जी। तो एक नक्शा भी तैयार करके रखे गया जिस टाइम मतलब पहला नहीं बनया होना, उस टाइम तो दरबार का नक्शा तैयार किया गया गा, सामने तुम देख रहे होंगे। तो हूँ तो तकरीबन बन ही गया,
ਅਤੇ ਸਭ ਤੋਂ ਮੇਨ ਹੁੰਦੀ ਹੈਗੀ ਸਵਾਰੀ, ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਗਣੇਸ਼ ਜੀ ਦੀ ਸਵਾਰੀ ਸੀਗੀ ਹੈ ਨਾ ਮੁਸ਼ਕ, ਅਤੇ ਇਸੇ ਤਰੀਕੇ ਨਾਲ ਇਹਦੇ ਵਿੱਚ ਬਾਬਾ ਜੀ ਦੀ ਜਿਹੜੀ ਸਵਾਰੀ ਹੈਗੀ ਹੈ ਨਾ ਉਹ ਰੱਥ ਸੀਗੀ, ਆ ਮਤਲਬ ਆਪਾਂ ਕਹਿ ਸਕਦੇ ਹਾਂ ਰਿਕਸ਼ਾ ਹਨ ਸੀਗੀ, ਅਤੇ ਉਹ ਇੱਥੇ ਰੱਖੀ ਗਈ ਹੈਗੀ ਬਕਾਇਦਾ ਦਿਖਾਈ ਗਈ ਆ, ਅਤੇ ਜਿਹੜੀ ਤਾਂ ਮਤਲਬ ਘੁੰਮਦੇ ਸੀਗੇ ਜਿਹੜੀ ਅਸਲ ਹੈਗੀ ਉਹ ਰਿਕਸ਼ਾ ਵੀ ਇੱਥੇ ਖੜਾਇਆ ਗਿਆ ਹੈਗਾ, ਅਤੇ ਤੁਸੀਂ ਨਕਸ਼ਾ ਦੇਖ ਰਹੇ ਹੋ ਜਿਹੜਾ ਬਾਪੂ ਜੀ ਵਾਲੇ ਦਰਬਾਰ ਦਾ ਬਣਿਆ ਹੋਇਆ, ਠੀਕ ਹੈ ਜੀ। ਔਰ ਜਿਹੜੀਆਂ ਜਿਹੜੀਆਂ ਚੇਅਰਸ ਦੇ ਉੱਪਰ ਉਹ ਬੈਠਦੇ ਸੀ ਉਹ ਸਾਰੀਆਂ ਇੱਥੇ ਰੱਖੀਆਂ ਗਈਆਂ ਨੇ, ਝੂਲੇ ਰੱਖੇ ਗਏ ਨੇ, ਬੈੱਡ, ਮੰਜਾ, ਜਿਸ ਤਰ੍ਹਾਂ ਮਤਲਬ ਟਾਈਮ ਟਾਈਮ ਦੇ ਨਾਲ ਪਹਿਲਾਂ ਮੰਜੇ ਦੇ ਉੱਪਰ ਪਿਆ ਕਰਦੇ ਸੀ ਉਸ ਹਿਸਾਬ ਨਾਲ ਮੰਜਾ ਰੱਖਿਆ ਗਿਆ ਹੈਗਾ, ਬੈੱਡ ਰੱਖਿਆ ਗਿਆ, ਕੁਰਸੀਆਂ ਪਹਿਲਾਂ ਲੱਕੜ ਦੀਆਂ ਹੋਇਆ ਕਰਦੀਆਂ ਸੀ ਉਹ ਵੀ ਰੱਖੀਆਂ ਗਈਆਂ ਨੇਗੀਆਂ, ਅਤੇ ਹੁਣ ਸੋਫੇ ਦਾ ਟਾਈਮ ਆ ਗਿਆ ਸੀ ਸੋਫੇ ਰੱਖੇ ਗਏ ਨੇਗੇ। ਸੋ ਇਹ ਸਾਰਾ ਵਲੋਗ ਤੁਸੀਂ ਦੇਖ ਰਹੇ ਹੋਗੇ ਕਿ ਇੱਥੇ ਬਾਪੂ ਜੀ ਦੀਆਂ ਵੀ, ਉੱਧਰਲੇ ਬਾਪੂ ਜੀ ਦੀਆਂ ਵੀ, ਲਾਡੀ ਸ਼ਾਹੀ ਜੀ ਦੀਆਂ ਵੀ ਫੋਟੋਜ਼ ਲੱਗੀਆਂ ਹੋਈਆਂ ਨੇਗੀਆਂ ਇੱਧਰ, ਕਿਉਂਕਿ ਇਹ ਸਾਰੇ ਇੱਕ ਦੂਸਰੇ ਨਾਲ ਹੈ ਨਾ ਕਿਤੇ ਨਾ ਕਿਤੇ ਕੜੀ ਦਰ ਕੜੀ ਜੁੜੇ ਹੋਏ ਨੇਗੇ, ਅਤੇ ਇਸੇ ਕਰਕੇ ਇਹਨਾਂ ਨੂੰ ਰਿਸਪੈਕਟਫੁਲੀ ਮਤਲਬ ਸਾਰੀਆਂ ਪਿਕਚਰਸ ਨੇਗੀਆਂ ਜਿਹੜੀਆਂ ਰੱਖੀਆਂ ਗਈਆਂ ਨੇਗੀਆਂ। ਅਤੇ ਬਾਕੀ ਵਲੋਗ ਨੂੰ ਬਹੁਤ ਸਾਰਾ ਪਿਆਰ ਦੇਣਾ, ਅਤੇ ਮਿਲਦੇ ਹਾਂ ਫਿਰ ਕਿਸੇ ਨਵੇਂ ਵਲੋਗ ਦੇ ਨਾਲ, ਤਦ ਤੱਕ ਲਈ ਰੱਬ ਰਾਖਾ, ਅਤੇ ਚੈਨਲ ਨੂੰ ਸਪੋਰਟ ਕਰਦਿਆ ਕਰੋ ਪਲੀਜ਼, ਕਿਉਂਕਿ ਨਵਾਂ ਚੈਨਲ ਹੈਗਾ। ਸੋ ਸਾਰੇ ਜਣੇ ਚੈਨਲ ਨੂੰ ਜਿੰਨੀ ਵੀ ਜੋ ਵੀਡੀਓ ਦੇਖਦੇ ਹੁੰਦੇ ਉਹ ਪਲੀਜ਼ ਨਾਲ ਦੀ ਨਾਲ ਸ਼ੇਅਰ ਕਰਦਿਆ ਕਰੋ, ਵਟਸਐਪ ਦੇ ਉੱਪਰ ਸਟੇਟਸ ਪਾ ਦਿਆ ਕਰੋ, ਅਤੇ ਜਾਂ ਫਰੈਂਡਸ ਜਿਹੜੇ ਤੁਹਾਡੇ ਦੇਖਦੇ ਨੇਗੇ ਹੈ ਨਾ ਬਹੁਤ ਹੀ ਸ਼ਰਧਾ ਨਾਲ, ਉਹਨਾਂ ਨੂੰ ਇਹ ਲਿੰਕ ਜ਼ਰੂਰ ਸੈਂਡ ਕਰਿਆ ਕਰੋ, ਠੀਕ ਹੈ ਜੀ। ਅਤੇ ਬਾਕੀ ਵੀਡੀਓ ਤੁਹਾਡੇ ਨਸਮਸਤਕ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਚਲੋ ਮਿਲਦੇ ਫਿਰ ਨਵੇਂ ਵਲੌਗ ਦੇ ਨਾਲ, ਓਕੇ ਜੀ, ਅਬਰਾਖਾ, ਬਾਏ ਬਾਏ, ਥੈਂਕ ਯੂ। ਉਹ ਜੀਵੇ ਆ ਫਰੀਦ ਸੋਹਣਾ, ਜਿਵੇਂ ਜੀਵੇ ਉਹ ਜੀਵੇ ਦਾਦਾ ਜੀ ਸੋਹਣਾ, ਜਿਵੇਂ ਜੀਵੇ ਉਹ ਜੀਵੇ ਦਾਦਾ ਜੀ ਸੋਹਣਾ, ਜਿਵੇਂ ਜੀਵੇ ਜੀਵੇ ਆ ਫਰੀਦ ਸੋਹਣਾ, ਜਿਵੇਂ ਜੀਵੇ ਉਹ ਜੀਵੇ ਫਰੀਦ ਸੋਹਣਾ, ਉਹ ਜੀਵੇ ਦਾਦਾ ਪੀਰ ਸੋਹਣਾ, ਗੱਲ ਦਿਲ ਦੀ ਨਾ ਪੁੱਛ ਹੋਵੇ ਸੋਹਣਾ, ਗੱਲ ਦਿਲ ਦੀ ਨਾ ਪੁੱਛ ਹੋਵੇ, ਉਹ ਜੀਵੇ ਦਾਦਾ ਪੀਰ ਸੋਹਣਾ, ਗੱਲ ਦਿਲ ਦੀ ਨਾ ਪੁੱਛ ਹੋਵੇ, ਭਾਵੇਂ ਕੁਝ ਮੇਰਾ ਬਾਪੂ ਨਾਲੇ ਸਾਡਾ ਪੀਰ ਲੱਗਦਾ, ਨਾਲੇ ਦਿਲ ਦਾ ਜਾਂਦੀ ਨਾਲੇ ਸਾਡਾ ਪੀਰ ਲੱਗਦਾ, ਨਾਲੇ ਦਿਲ ਦਾ ਜਾਂਦੀ ਨਾਲੇ ਸਾਡਾ ਪੀਰ ਲੱਗਦਾ, ਨਾਲੇ ਦਿਲ ਦਾ ਜਾਂਦੀ ਪੀਰ ਲੱਗਦਾ, ਨਾਲੇ ਦਿਲ ਦਾ ਜਾਂਦੀ। ਉਹ ਜੀਵੇ ਦਾਦਾ ਪੀਰ ਸੋਹਣਾ, ਜਿਵੇਂ ਜੀਵੇ ਜੀਵੇ ਦਾਦਾ ਸੋਹਣਾ, ਜਿਵੇਂ ਜੀਵੇ ਸਾਰੀ ਸੰਗਤ ਨੇ ਮੇਰੇ ਨਾਲ ਗਾਉਣਾ, ਕੀ ਕਹਿੰਦੇ ਉਹ ਨਾਲੇ ਦਿਲ ਦਾ ਜਾਣੇ ਉਹ ਨਾਲੇ ਸਾਡਾ ਪੀਰ ਲੱਗਦਾ, ਨਾਲੇ ਦਿਲ ਦਾ ਜਾਣੇ ਉਹ ਨਾਲੇ ਸਾਡਾ ਪੀਰ ਲੱਗਦਾ, ਨਾਲੇ ਦਿਲ ਦਾ ਜਾਣੇ ਨਾਲੇ ਸਾਡਾ ਪੀਰ ਲੱਗਦਾ, ਨਾਲੇ ਦਿਲ ਦਾ ਜਾਣੇ ਨਾਲੇ ਸਾਡਾ ਪੀਰ ਲੱਗਦਾ, ਉਹ ਨਾਲੇ ਸਾਡਾ ਪੀਰ ਲੱਗਦਾ, ਨਾਲੇ ਸਾਡਾ ਪੀਰ ਲੱਗਦਾ ਉੱਚੀ, ਨਾਲੇ ਸਾਡਾ ਪੀਰ ਲੱਗਦਾ, ਉਹ ਨਾਲੇ ਸਾਡਾ ਪੀਰ ਲੱਗਦਾ, ਨਾਲੇ ਹੱਕ 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 ਹੱਕ, ਉਹ ਨਾਲੇ ਸਾਡਾ ਪੀਰ ਲੱਗਦਾ, ਨਾਲੇ ਦਿਲ ਦਾ ਜਾਣੀ ਨਾਲੇ ਸਾਡਾ ਪੀਰ ਲੱਗਦਾ, ਨਾਲੇ ਦਿਲ ਦਾ ਜਾਣੀ ਲੱਖ ਬਾਬਾ। ਹਾਂਜੀ, ਤੇ ਇਹ ਵਲੌਗ ਸੀਗਾ
ਬਾਪੂ ਅਲਮਸਤ ਲਾਲ ਬਾਦਸ਼ਾਹ ਜੀ ਦਾ ਅਤੇ ਇਹਨਾਂ ਬਾਰੇ ਉਹਨਾਂ ਨੇ ਦੱਸ ਹੀ ਦਿੱਤਾ ਹੈ ਨਾ ਅਤੇ ਹੋਰ ਵੀ ਕਾਫੀ ਕਿੱਸੇ ਨੇਗੇ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇਗੇ ਪਰ ਆਪਾਂ ਉਹ ਮਤਲਬ ਕਿ ਤੁਹਾਨੂੰ ਸਾਰਾ ਦੱਸਾਂਗੇ ਕਿਉਂਕਿ ਜ਼ਿਆਦਾ ਡੀਪਲੀ ਜਦੋਂ ਜਾਂਦੇ ਹਾਂ ਨਾ ਫਿਰ ਵੀਡੀਓ ਕਾਫੀ ਲੰਮੀ ਚਲੀ ਜਾਂਦੀ ਹੈਗੀ ਅਤੇ ਜਿੰਨਾ ਕੁ ਪੋਸੀਬਲ ਹੁੰਦਾ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂਗੇ ਸੋ ਤੁਸੀਂ ਨੇ ਕੀ ਕਰਨਾ ਗਾ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਗਾ ਸਪੋਰਟ ਦੇਣਾ ਗਾ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਚੈਨਲ ਚੱਲਣਾ ਗਾ ਅੱਗੇ ਗਰੋ ਕਰਨਾ ਗਾ ਜਿੰਨਾ ਵੀ ਹੁਣ ਤੱਕ ਜਿੱਥੇ ਤੱਕ ਪਹੁੰਚਿਆ ਸਿਰਫ ਤੁਹਾਡੀ ਸਪੋਰਟ ਦੀ ਬਦੌਲਤ ਹੀ ਪਹੁੰਚਿਆ ਸੋ ਵੱਧ ਤੋਂ ਵੱਧ ਪਿਆਰ ਦਿਓ ਵਲੋਗ ਨੂੰ ਅਤੇ ਲਾਈਕ ਦਾ ਬਟਨ ਦਬਾ ਦਿਓ ਅਤੇ ਕਮੈਂਟ ਕਰਕੇ ਦੱਸਿਓ ਵਲੋਗ ਕਿੱਦਾਂ ਦਾ ਲੱਗਿਆ ਠੀਕ ਹੈ ਜੀ ਅਤੇ ਮਿਲਦੇ ਫਿਰ ਨੈਕਸਟ ਲੋਕੇਸ਼ਨ 'ਤੇ ਥੈਂਕ ਯੂ ਸੋ ਮੱਚ।